ਗੋਗਾ ਮਾੜੀ ਪਹੁੰਚੇ ਹਾਂ ਜੀ, ਆ ਜੋ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ, ਖੁੱਲ੍ਹੇ ਦਰਸ਼ਨ ਦੀਦਾਰੇ ਹੋਣਗੇ ਸਾਹਮਣੇ ਗੋਗਾ ਮਾੜੀ, ਤੁਸੀਂ ਦੇਖ ਸਕਦੇ ਹੋ ਸਥਾਨ ਮੇਨ ਬਣਿਆ ਹੋਇਆ ਅਤੇ ਆਲੇ ਦੁਆਲੇ ਤੁਹਾਨੂੰ ਦਿਖਾਉਣਾ ਮੈਂ, ਮੇਲਾ ਨਹੀਂ ਹੈਗਾ, ਮੇਲਾ ਆਉਣ ਵਾਲਾ। ਫਿਲਹਾਲ ਇੱਥੇ ਤੁਸੀਂ ਆਰਾਮ ਨਾਲ ਦਰਸ਼ਨ ਕਰ ਸਕਦੇ ਹੋ, ਦੇਖ ਸਕਦੇ ਹੋ, ਗੱਡੀ ਬਿਲਕੁਲ ਧੁਰ ਤੱਕ ਆਉਂਦੀ ਹੈ ਜੀ, ਬਿਲਕੁਲ ਦਰਬਾਰ ਆ ਜਿਹੜਾ ਮੇਨ ਉਹਦੇ ਸਾਹਮਣੇ ਤੱਕ। ਮੇਲੇ ਵੇਲੇ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ, ਇੱਥੇ ਭੀੜ ਹੁੰਦੀ ਆ, ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ, ਅਤੇ ਇੱਧਰ ਵੀ ਆਲੇ ਦੁਆਲੇ ਨਾ ਜਿਹੜਾ ਇੱਥੇ ਲੰਗਰ ਜਾਂ ਆਪਣਾ ਦੁਕਾਨਾਂ ਜਾਂ ਹੋਟਲ ਵਗੈਰਾ ਬਹੁਤ ਕੁਛ ਹੁੰਦਾ ਇੱਥੇ, ਜਿੱਥੇ ਆਪਾਂ ਤੁਰੇ ਜਾਂਦੇ ਹਾਂ ਅਤੇ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ, ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀਆਂ, ਭੀੜ ਲੱਗੀ ਹੁੰਦੀ ਆ, ਬਹੁਤ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਕਈ ਤਾਂ, ਕਿਉਂਕਿ ਦੋਸਤੋ ਬਹੁਤ ਲੋਕ ਨੇ ਜਿਹੜੇ ਇਸ ਸਥਾਨ ਦੀ ਮਾਨਤਾ ਕਰਦੇ ਨੇ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਅਤੇ ਇਹ ਸਥਾਨ ਦੇ ਉੱਤੇ ਲੋਕ, ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਮੰਦਰ ਸ਼੍ਰੀ ਗੋਗਾ ਜੀ, ਗੋਗਾ ਮੈੜੀ, ਸੋ ਗੋਗਾ ਮੈੜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ। ਇਹ ਅਲੱਗ ਅਲੱਗ ਹੈ, ਕਈ ਲੋਕ ਗੋਗਾ ਮਾੜੀ ਵੀ ਕਹਿੰਦੇ ਨੇ, ਕਈ ਗੋਗਾ ਮੈੜੀ ਵੀ ਕਹਿੰਦੇ ਨੇ, ਹੁਣ ਕਈ ਗੋਗਾ ਜ਼ਹਿਰ ਵੀਰ ਵੀ ਕਹਿੰਦੇ ਨੇ, ਅਤੇ ਕਈ ਗੋਗਾ ਜ਼ਹਿਰ ਪੀਰ ਵੀ ਕਹਿੰਦੇ ਨੇ, ਹੈ ਨਾ। ਅਲੱਗ ਅਲੱਗ ਲੋਕਾਂ ਦੀ ਅਲੱਗ ਅਲੱਗ ਮਾਨਤਾ, ਸੋ ਹਰੇਕ ਬੰਦਾ ਆਪਦੇ ਹਿਸਾਬ ਨਾਲ ਚਲੋ ਮੰਨਦਾ, ਹੈ ਨਾ, ਆਪਾਂ ਕਿਸੇ ਦੀ ਸ਼ਰਧਾ ਨੂੰ ਆਪਾਂ ਉਹ ਨਹੀਂ ਕਰਦੇ। ਸੋ ਆਪਾਂ ਅੱਜ ਤੁਹਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਵਾਂਗੇ, ਜਿਹੜੇ ਜਿਹੜੇ ਗੋਗਾ ਜ਼ਹਿਰ ਵੀਰ ਨੂੰ ਮੰਨਦੇ ਨੇ ਅਤੇ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਉਹ ਜੈ ਗੋਗਾ ਜ਼ਹਿਰ ਵੀਰ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨ, ਤਾਂ ਕਿ ਹੋਰ ਲੋਕਾਂ ਤੱਕ ਵੀ, ਜਿਹੜੇ ਸ਼ਰਧਾਲੂ ਨੇ ਹੋਰ ਮੰਨਦੇ ਨੇ, ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਇਹ ਆ ਜੀ ਉੱਪਰੋਂ ਗੋਗਾ ਮੈੜੀ ਦੇ ਮੇਨ ਸਥਾਨ ਤੋਂ ਥੱਲੇ ਦਾ ਨਜ਼ਾਰਾ, ਤੁਸੀਂ ਦੇਖ ਸਕਦੇ ਹੋ ਪੂਰੇ। ਦੋਸਤੋ ਦੋ ਚਾਰ ਮਿੰਟ ਵੱਡੀ ਤਾਂ ਵੀਡੀਓ ਹੋ ਸਕਦੀ ਹੈ, ਪਰ ਤੁਹਾਨੂੰ ਵਧੀਆ ਘੈਂਟ ਤਰੀਕੇ ਨਾਲ ਇਕੱਲੀ ਇਕੱਲੀ ਚੀਜ਼ ਦਿਖਾਊਂਗਾ ਮੈਂ, ਆਹ ਦੇਖ ਸਕਦੇ ਹੋ। ਬਲਕਿ ਤੁਸੀਂ ਜ਼ਿਆਦਾਤਰ ਆਉਂਦੇ ਹੋਵੋਗੇ ਕਿ ਮੇਲੇ ਵੇਲੇ ਆਉਂਦੇ ਹੋਵੋਗੇ, ਪਰ ਉਦੋਂ ਦੋਸਤੋ ਭੀੜ ਜ਼ਿਆਦਾ ਹੁੰਦੀ ਆ, ਇਸ ਤਰ੍ਹਾਂ ਦੇ ਦਰਸ਼ਨ ਦੀਦਾਰੇ ਨਹੀਂ ਮਿਲਦੇ ਹੈਗੇ ਤੁਹਾਨੂੰ ਜਿਹੜੇ ਹੁਣ ਮਿਲ ਰਹੇ ਨੇ, ਕਿਉਂਕਿ ਉਹ ਤਾਂ ਇੱਕ ਦੂਜੇ ਦੇ ਮਗਰ ਬੰਦੇ ਬਸ ਖੜ੍ਹੇ ਰਹਿੰਦੇ ਨੇ, ਉਦੋਂ ਇੰਨੇ ਉਰਾਂ ਪਰਾਂ ਝਾਕਣ ਦੀ, ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਨਾ। ਸੋ ਆ ਜਾਓ ਆਪਾਂ ਫਿਰ ਤੁਹਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਵਾਂਗੇ ਜੀ, ਆ ਜਾਓ ਆਪਾਂ। ਇਹ ਹੈ ਜੀ ਸਾਹਮਣੇ ਗੋਗਾ ਮੈੜੀ, ਸਭੀ ਕੀ ਮਨੋਕਾਮਨਾ ਪੂਰੀ ਕਰੇ ਲਿਖਿਆ ਆ ਰਿਹਾ ਸੀ। ਆ ਜਾਓ ਜੀ ਅੰਦਰ, ਆ ਜਾਓ ਆ ਜਾਓ, ਹੁਣ ਆਪਾਂ ਅੰਦਰ ਆ ਗਏ, ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੇ ਲੋਕ ਦਰਸ਼ਨ ਕਰ ਰਹੇ ਨੇ ਜੀ, ਮੱਥਾ ਟੇਕ ਰਹੇ ਨੇ ਜੀ, ਪ੍ਰਸ਼ਾਦ ਚੜ੍ਹਾ ਰਹੇ ਨੇ, ਸੋ ਇੱਥੋਂ ਪ੍ਰਸ਼ਾਦ ਮਿਲ ਰਿਹਾ ਜੀ, ਆਹ ਤੁਸੀਂ ਦੇਖ ਰਹੇ ਹੋ, ਅਤੇ ਇੱਥੋਂ ਪ੍ਰਸ਼ਾਦ ਮਿਲ ਰਿਹਾ ਗੋਗਾ ਜੀ ਦੇ ਨਾਮ ਦਾ, ਅਤੇ ਅੱਗੇ ਜਦੋਂ ਤੁਸੀਂ ਆਓਗੇ ਆਹ ਦੇਖੋ ਜੀ ਇੱਥੋਂ ਪ੍ਰਸ਼ਾਦ ਲੈ ਰਹੇ ਨੇ, ਅਤੇ ਆਹ ਲਓ ਜੀ ਇਹ ਮੇਨ ਸਥਾਨ ਗੋਗਾ ਮੈੜੀ, ਜਿੱਥੇ ਕਹਿੰਦੇ ਨੇ ਕਿ ਗੋਗਾ ਜੀ ਨੇ ਧਰਤੀ, ਗੋਗਾ ਜੀ ਧਰਤੀ ਦੇ ਵਿੱਚ ਸਮਾ ਗਏ ਸੀ, ਸੋ ਇਹੀ ਸਥਾਨ ਹੈ ਜਿੱਥੇ ਗੋਗਾ ਜੀ ਧਰਤੀ ਦੇ ਵਿੱਚ ਸਮਾਏ ਸੀ। ਇਹ ਲੋਕਾਂ ਦੀ ਸ਼ਰਧਾ ਹੁੰਦੀ ਹੈ ਜੀ, ਲੋਕ ਜਿਹੜਾ ਕੱਪੜਾ ਲੈ ਕੇ ਆਉਂਦੇ ਨੇ ਗੋਗਾ ਜੀ 'ਤੇ ਚੜ੍ਹਾਉਣ ਵਾਸਤੇ, ਅਤੇ ਆ ਜਾਓ ਆਪਾਂ ਇੱਧਰਲੀ ਸਾਈਡ ਤੋਂ ਵੀ ਦਿਖਾਉਂਦੇ ਹਾਂ ਤੁਹਾਨੂੰ। ਆ ਲਓ ਜੀ ਇਹ ਦਰਸ਼ਨ ਕਰ ਰਹੇ ਨੇ, ਉਹ ਆਪਾਂ ਮਤਲਬ ਕਿ ਮੱਥਾ ਟਿਕਾ ਰਹੇ ਨੇ ਭਗਤ ਜੀ ਸਾਹਮਣੇ, ਅਤੇ ਆ ਜਾਓ ਜੀ ਆਪਾਂ ਇੱਧਰਲੀ ਸਾਈਡ ਤੋਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇਸ ਤਰ੍ਹਾਂ ਲੋਕ ਦਰਸ਼ਨ ਕਰਦੇ ਨੇ ਜੀ, ਆਹ ਦੇਖੋ। ਅਤੇ ਆ ਜਾਓ ਇਸ ਸਾਈਡ ਜੀ, ਜੋਤ ਹੈ ਜਿਹੜੀ ਉਹ ਜਗਦੀ ਰਹਿੰਦੀ ਹੈ ਇਹ ਪੂਰੇ ਗੋਗਾ ਮਾੜੀ। ਵੈਸੇ ਅਗਰ ਤੁਸੀਂ ਮੇਲੇ ਦੇ ਵਿੱਚ ਆਓਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਦਰਸ਼ਨ ਦੀਦਾਰੇ ਦੇਖਣ ਨੂੰ ਨਹੀਂ ਮਿਲਣਗੇ, ਇਹ ਸਿਰਫ ਉਦੋਂ ਦੇਖਣ ਨੂੰ ਮਿਲਦੇ ਨੇ ਜਦੋਂ ਮੇਲਾ ਨਹੀਂ ਹੁੰਦਾ, ਅਤੇ ਬਹੁਤ ਸਾਰੇ ਵੀਰ ਆ ਜਿਹੜੇ ਉਹ ਮੇਲੇ ਵੇਲੇ ਆਉਂਦੇ ਨੇ, ਸੋ ਉਹਨਾਂ ਲਈ ਵੀਡੀਓ ਆ ਇਹ ਦਰਸ਼ਨ ਕਰ ਲੈਣ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ, ਵਟਸਐਪ ਗਰੁੱਪਾਂ ਦੇ ਵਿੱਚ ਅਤੇ ਫੇਸਬੁੱਕ ਗਰੁੱਪਾਂ ਦੇ ਵਿੱਚ ਜਿੱਥੇ ਤੱਕ ਵੀ ਵੀਡੀਓ ਪਹੁੰਚ ਸਕਦੀ ਹੈ ਪਹੁੰਚਾਓ, ਤਾਂ ਕਿ ਕੋਈ ਹੋਰ ਵੀ ਭੈਣ ਭਾਈ ਸ਼ਰਧਾਲੂ ਇਸ ਸਥਾਨ ਦੇ ਦਰਸ਼ਨ ਕਰ ਸਕੇ। ਅਤੇ ਕਮੈਂਟਾਂ ਦੇ ਵਿੱਚ ਮਨੋਕਾਮਨਾ ਜ਼ਰੂਰ ਮੰਗੋ, ਤਾਂ ਕਿ ਤੁਹਾਡੀ ਪੀਰ ਬਾਬਾ
ਜਗੋਗਾ ਜਹਰਵੀਰ ਜੀ ਤੁਹਾਡੀ ਜਿਹੜੀ ਮਨੋਕਾਮਨਾ ਉਹ ਪੂਰੀ ਕਰੇ। ਇਹ ਜੀ ਮੱਥਾ ਧੋਕ ਲਵਾ ਰਹੇ ਨੇ, ਧੋਕ ਕਹਿ ਦਿੰਦੇ ਨੇ ਜੀ, ਮੱਥਾ ਟਕਾ ਰਹੇ ਨੇ ਲਾ ਲਓ, ਅਤੇ ਇਹ ਇਸ ਤਰ੍ਹਾਂ ਮਤਲਬ ਕਿ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਮੱਥਾ ਟਕਾਇਆ ਜਾਂਦਾ। ਆ ਜਾਓ ਆਪਾਂ ਤੁਹਾਨੂੰ ਉਸ ਦੂਸਰੀ ਸਾਈਡ ਤੋਂ ਵੀ ਦਿਖਾਵਾਂਗੇ। ਸੋ ਇਹ ਨੇ ਜੀ ਦਰਸ਼ਨ ਦੀਦਾਰੇ ਖੁੱਲ੍ਹੇ ਗੋਗਾ ਜਹਰਵੀਰ ਜੀ ਦੇ। ਆਹ ਦੇਖੋ ਇਸ ਤਰ੍ਹਾਂ ਇੱਥੇ ਮੱਥਾ ਦੋ ਤਿੰਨ ਥਾਵੇਂ ਮੱਥਾ ਟਕਾਇਆ ਜਾਂਦਾ ਜੀ, ਅਤੇ ਇਹ ਗੋਗਾ ਮਾੜੀ ਹੈ ਮੇਨ ਸਥਾਨ। ਆ ਲਓ ਜੀ ਇੱਥੇ ਵੀ ਦਰਸ਼ਨ ਦੀਦਾਰੇ ਹੁੰਦੇ ਨੇ ਜੀ, ਇੱਥੇ ਵੀ ਜਿਹੜਾ ਧੋਪਕ ਲਗਾਈ ਜਾਂਦੀ ਹੈ ਜੀ, ਸਾਹਮਣੇ ਜਿਹੜੀ ਜਗ ਰਹੀ ਹੈ ਜੋਤ ਜਗਦੀ ਰਹਿੰਦੀ ਹੈ। ਅਤੇ ਇਸ ਤਰ੍ਹਾਂ ਮੈਂ ਪੂਰਾ ਤੁਹਾਨੂੰ ਘੁੰਮ ਫਿਰ ਕੇ ਦਿਖਾਊਂਗਾ। ਅਤੇ ਆਹ ਦੇਖੋ ਇਸ ਤਰ੍ਹਾਂ ਜਿਹੜੀ ਧੋਕ ਹੈ ਇਸ ਤਰ੍ਹਾਂ ਮਰਵਾਈ ਜਾਂਦੀ ਹੈ, ਮੱਥਾ ਟਿਕਾਇਆ ਜਾਂਦਾ ਜੀ। ਅਤੇ ਆਹ ਲਵੀ ਨਗਾਰਾ, ਇਹ ਲੋਕ ਆਉਂਦੇ ਨੇ ਨਗਾਰੇ ਵਜਾ ਕੇ ਜਾਂਦੇ ਨੇ। ਸੋ ਇਹ ਹੈ ਜੀ ਗੋਗਾ ਮਾੜੀ ਜਿਹੜਾ ਸਥਾਨ ਬਣਿਆ ਹੋਇਆ, ਇਹਦੇ ਸਾਹਮਣੇ ਦੂਜੇ ਪਾਸੇ ਬਿਲਕੁਲ ਗੱਡੀ ਦੀਆਂ ਲਾਈਨਾਂ ਕ੍ਰੋਸ ਕਰਦੇ ਸਾਰੀ ਅੱਗੇ ਜਿਹੜਾ ਗੋਰਖ ਟਿੱਲਾ ਬਣਿਆ ਹੋਇਆ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਫਿਲਹਾਲ ਤੁਸੀਂ ਦਰਸ਼ਨ ਕਰ ਚੁੱਕੇ ਹੋ ਜੀ ਗੋਗਾ ਮਾੜੀ, ਗੋਗਾ ਜੀ ਦਾ ਮੇਨ ਸਥਾਨ ਮੇਨ ਮੰਦਿਰ ਜਿੱਥੇ ਗੋਗਾ ਜੀ ਧਰਤੀ ਦੇ ਵਿੱਚ ਸਮਾਏ ਸੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ। ਪੀਰ ਬਾਬਾ ਗੋਗਾ ਜਹਰਵੀਰ ਜੀ ਤੁਹਾਡੀ ਜਿਹੜੀ ਮਨੋਕਾਮਨਾ ਉਹ ਜ਼ਰੂਰ ਪੂਰੀ ਕਰਨਗੇ। ਇਸ ਤਰ੍ਹਾਂ ਦਾ ਆਲੇ ਦੁਆਲੇ ਨਜ਼ਾਰਾ ਹੁੰਦਾ ਜੀ ਜਦੋਂ ਮੇਲਾ ਨਹੀਂ ਹੁੰਦਾ, ਪੂਰੇ ਖੁੱਲ੍ਹੇ ਦਰਸ਼ਨ ਦੀਦਾਰੇ ਹੁੰਦੇ ਨੇ, ਦੂਰ ਦੂਰ ਤੱਕ ਨਿਗਾਹ ਪੈਂਦੀ ਹੈ, ਦੇਖ ਸਕਦੇ।